पंजाब में नशे के कारण लगातार नौजवानों की मौत हो रही है। जिला मोगा के कस्बा धर्मकोट में नागजिंदर पाल सिंह की नशे की ओवरडोज होने के कारण उसकी मौत हो गई। वहीं पुलिस ने परिवार के बयानों पर मामला दर्ज कर आगे की कार्रवाई शुरू कर दी है। SHO ने कहा है कि सूचना मिली थी कि नशे की ओवरडोज के कारण मौत हो गई है। नशा बेचने के मामले में महिला को गिरफ्तार किया गया है। परिवार ਉਹਨਾਂ ਵੱਲੋਂ ਉਹ ਨਸ਼ਾ ਕਰਨ ਦਾ ਆਦੀ ਸੀਗਾ ਪਿਛਲੇ ਕਾਫੀ ਸਮੇਂ ਤੋਂ ਜਿਹਦੀ ਕਿ ਕੱਲ੍ਹ ਕੋਈ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਜਿਨ੍ਹਾਂ ਨੇ ਚਾਚਾ ਜੀ ਨੇ ਉਹਨਾਂ ਦੇ ਬਿਆਨ 'ਤੇ ਮੁਕੱਦਮਾ ਦਰਜ ਕੀਤਾ ਗਿਆ ਵਾ ਅਤੇ ਇਹਨਾਂ ਦੇ ਬਿਆਨ ਮੁਤਾਬਕ ਇੱਕ ਤਾਂ ਸਿਮਰਨਜੀਤ ਕੌਰ ਸ਼ੰਮੋ ਪਤਨੀ ਹਰਜਿੰਦਰ ਸਿੰਘ ਨੂਰਪੁਰ ਹਕੀਮਾ ਦੀ ਇਹਨਾਂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ। ਸਰ ਕੋਈ ਗ੍ਰਿਫਤਾਰੀ ਹੋਈ ਹੈ? ਗ੍ਰਿਫਤਾਰੀ ਦੇਖੋ ਜੀ ਇੱਥੇ ਸਿਮਰਨਜੀਤ ਕੌਰ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੋਇਆ। ਇਹ ਕਾਫੀ ਮਤਲਬ ਐਕਟਿਵ ਸੀਗੀ ਇਸ ਗਲਤ ਕੰਮ 'ਚ, ਨਸ਼ਾ ਚਿੱਟੇ ਦੇ ਨਸ਼ਾ ਵੇਚਣ 'ਚ।